ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਤੇ ਮੈਂ ਤੁਹਾਡਾ ਦੋਸਤ ਮੁਹੰਮਦ ਸਾਜਿਦ। ਦੋਸਤਾਂ ਵਾਸਤੇ ਅੱਜ ਹਫ਼ਤਾਵਾਰ ਵੀਡੀਓ ਹੈ, ਚਾਰ ਖੂਬਸੂਰਤ ਮੱਝਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਦੇਖਣ ਤੋਂ ਪਹਿਲੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਔਰ ਨਾਲ ਲੱਗੇ ਬੈੱਲ ਆਈਕਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਔਰ ਬਆਸਾਨੀ ਪਹੁੰਚ ਸਕੇ। ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰਨਾ ਹੈ, ਮਾਸ਼ਾ ਅੱਲਾਹ ਦੇ ਕਮੈਂਟ ਕਰਨੇ ਨੇ, ਆਪਣੇ ਦੋਸਤਾਂ ਨੂੰ ਵੀ ਸ਼ੇਅਰ ਜ਼ਰੂਰ ਕਰਨਾ ਹੈ। ਯਕਮ ਤਾਰੀਖ ਹੈ ਜਨਾਬ ਜੀ, ਯਕਮ ਨਵੰਬਰ, 11ਵਾਂ ਮਹੀਨਾ ਹੈ 2023। ਹਫ਼ਤਾਵਾਰ ਵੀਡੀਓ ਦੇ ਸਿਲਸਿਲਾ ਬਾਈ ਗੁਲਾਮ ਮੁਰਤਜ਼ਾ ਬਲੋਚ, 407 ਗਾਬੇ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਇਹ ਜਨਾਬੇ ਵਾਲਾ 407 ਗਾਬੇ ਇਹ ਮਸ਼ਹੂਰ ਹੈ, ਆ ਨਾਲ ਜਿਹੜੀ ਸ਼ੂਗਰ ਮਿੱਲ ਹੈ, ਤਾਂਦਲਿਆਂ ਵਾਲਾ ਸ਼ੂਗਰ ਮਿੱਲ। ਇੱਥੇ ਤਕਰੀਬਨ ਮੇਰਾ ਖਿਆਲ ਰੋਜ਼ਾਨਾ ਇੱਕ ਨਾ ਇੱਕ ਵੀਡੀਓ ਬਣਦੀ ਹੈ ਮੁਖਤਲਿਫ ਚੈਨਲਾਂ 'ਤੇ, ਸਾਡਾ ਚੈਨਲ ਇਤਮਾਦ ਟੀਵੀ ਉਹਦੇ 'ਤੇ ਵੀ। ਅਤੇ ਬਾਕੀ ਜਨਾਬ ਤਾਂਦਲਿਆਂ ਵਾਲਾ ਤਹਿਸੀਲ ਜਿਹੜਾ ਨਾ ਸ਼ਹਿਰ, ਇੱਥੋਂ 6 ਤੋਂ 7 ਕਿਲੋਮੀਟਰ ਹੈ, ਤਕਰੀਬਨ 6 ਤੋਂ 7 ਕਿਲੋਮੀਟਰ। ਜ਼ਿਲ੍ਹਾ ਫੈਸਲਾਬਾਦ ਹੈ। ਜਿਹੜੇ ਦੋਸਤ ਲਾਹੌਰ ਗੁਜਰਾਂਵਾਲਾ ਗੁਜਰਾਤ ਸਾਈਡ ਤੋਂ ਆਉਣਾ ਚਾਹ ਰਹੇ ਨੇ, M3 ਲਾਹੌਰ ਤੋਂ ਕਰਾਚੀ ਮੋਟਰਵੇ, ਉਸ 'ਤੇ ਆਵਣ ਅਤੇ ਸਮੁੰਦਰੀ ਤਾਂਦਲਿਆਂ ਵਾਲਾ ਇੰਟਰਚੇਂਜ ਹੈ, ਉਸ 'ਤੇ ਉਤਰ ਸਕਦੇ ਨੇ। ਬਾਕੀ ਜਿਹੜੇ ਮੁਲਤਾਨ ਵਾਲੀ ਸਾਈਡ ਤੋਂ ਆਉਣਾ ਚਾਹ ਰਹੇ ਨੇ, ਉਹ ਦੋਸਤ ਵੀ M3 ਮੋਟਰਵੇ, ਲਾਹੌਰ ਮੋਟਰਵੇ 'ਤੇ ਜਿਹੜਾ ਸਮੁੰਦਰੀ ਤਾਂਦਲਿਆਂ ਵਾਲਾ ਇੰਟਰਚੇਂਜ ਉਤਰ ਕੇ, ਤਾਂਦਲਿਆਂ ਵਾਲਾ ਜਿਹੜਾ ਸਮੁੰਦਰੀ ਤਾਂਦਲਿਆਂ ਵਾਲਾ ਇੰਟਰਚੇਂਜ ਹੈ, ਉਸ ਤੋਂ ਤਕਰੀਬਨ 15 ਕਿਲੋਮੀਟਰ ਹੈ ਪਿੰਡ ਹੈ। 0342-777-0977 ਇਹ ਮੇਰਾ ਨੰਬਰ ਹੈ। ਬਾਕੀ ਬਾਈ ਗੁਲਾਮ ਮੁਰਤਜ਼ਾ ਸਾਰੀ ਡਿਟੇਲ ਦਿੰਦੇ ਨੇ। ਇੱਕ ਤਾਂ ਤੁਸੀਂ ਦੱਸਣਾ ਵੀ ਕਿੱਥੇ ਕਿੱਥੇ ਜਾਨਵਰ ਸੇਲ ਹੋਏ ਨੇ, ਬਾਕੀ ਆਪਣਾ ਰਾਬਤਾ ਨੰਬਰ ਹੀ ਦੱਸ ਦਿਓ ਜੀ। ਮੇਰੀ ਤਰਫੋਂ ਸਾਰਿਆਂ ਬਾਈਆਂ ਨੂੰ ਸਲਾਮ ਹੈ। ਇੱਕ ਮੱਝ ਗਈ ਹੈ ਬਾਈ ਜੀ ਫੈਸਲਾਬਾਦ ਹਮਾਦ ਗੁੱਜਰ ਕੋਲ, ਮੀਣੀ ਜੋਤੀ ਹਮਦ ਗੁੱਜਰ ਕੋਲ। ਦੋ ਮੇਰੀਆਂ ਮੱਝਾਂ ਗਈਆਂ ਨੇ ਬਾਬਰ, ਰਾਜਾ ਬਾਬਰ ਕੋਲ, ਲਾਲਾ ਮੂਸਾ ਖਾਰੀਆਂ। ਅਤੇ ਅੱਜ ਵੀ ਜਾਨਵਰ ਲੈਂਦੇ ਨੇ ਚਾਰ ਬਾਈਆਂ ਨੇ ਕਮੈਂਟ ਵੀ ਕੀਤਾ ਹੈ, ਜਾਜ਼ਾ ਬਾਈ ਐਨ ਨਿਸਾਰ ਐਨ, ਉਹਨਾਂ ਦਾ ਮੈਂ ਦਿਲੋਂ ਸ਼ੁਕਰੀਆ ਗੁਜ਼ਾਰ ਕਰਨਾ। ਅਤੇ ਬਾਕੀ ਮੱਝਾਂ ਵੀ ਖਾਂਦੇ ਆ। ਮੇਰਾ ਨੰਬਰ ਹੈ ਵਟਸਐਪ ਔਰ ਲੋਕਲ ਨੰਬਰ ਹੈ 0344-00-88-186। ਅੱਛਾ, ਅੱਜ ਕੱਲ੍ਹ ਨਾ ਦੋਸਤ ਇੱਕ ਰੌਲਾ ਵੀ ਚੱਲਿਆ ਹੋਇਆ ਕਿ ਸਾਨੂੰ ਪਤਾ ਨਹੀਂ ਹੁੰਦਾ, ਤੁਸੀਂ ਵਪਾਰੀਆਂ ਕੋਲ ਖੁਦ ਡੀਲ ਕਰ ਲੈਂਦੇ ਹੋ, ਉਹ ਮਾੜਾ ਚੰਗਾ ਵਾਧਾ ਘੱਟ ਹੋ ਹੀ ਜਾਂਦਾ ਅਕਸਰ, ਕੋਈ ਬਿਆਨਾ ਨਹੀਂ, ਕੋਈ ਖਾ ਬਾਈ ਮੁਰਤਜ਼ਾ ਬੁਰਾ ਨਹੀਂ ਮੇਰੀ ਗੱਲ ਦਾ ਮਹਿਸੂਸ ਕਰਨਾ, ਮੈਨੂੰ ਬੁਰਾ ਮਹਿਸੂਸ ਹੁੰਦਾ ਹੀ ਨਹੀਂ ਤੁੰਦੀਆਂ ਨੇ ਬਾਈ ਜੀ, ਬਿਲਕੁਲ ਲਿਆਜ਼ਾ ਉਹ ਸਾਡੇ ਨੋਟਸ 'ਚ ਗੱਲ ਰੱਖੀ ਕਰੋ ਤਾਂ ਕਿ ਅਸੀਂ ਆ ਕੇ ਜਾਨਵਰ ਕਲੀਅਰ ਕਰੀਏ ਜੀ। ਬਿਸਮਿਲ੍ਲਾ, ਜਿਹੜੇ ਦੋਸਤ ਉੱਤੇ ਆਉਂਦੇ ਨੇ ਇਸ ਤੋਂ ਵੱਡੀ ਗੱਲ ਕੋਈ ਨਹੀਂ, ਫਿਰ ਸਾਡੀ ਸਿਰਦਰਦੀ ਖਤਮ ਹੋ ਜਾਂਦੀ। ਜਿਹੜੇ ਨਹੀਂ ਆਉਂਦੇ ਸਾਨੂੰ ਕਾਲ ਕਰਨ ਕਿ ਬਾਈ ਸਾਜਿਦ, ਬਾਈ ਫਖਰ, ਉੱਥੇ ਜਾ ਕੇ ਤੁਸੀਂ ਮੁਰਜ਼ਾ ਕੋਲ ਅਸੀਂ ਜਾਨਵਰ ਫਲਾਂ ਨੰਬਰ ਖਰੀਦਿਆ, ਉਹਨੂੰ ਜਾ ਕੇ ਪਾਸ ਕਰੋ ਸਾਡੇ ਤੇ ਕਿਸੇ ਨੂੰ ਨਹੀਂ। ਬਾਈ ਸਾਜਿਦ ਬੜੀ ਪਿਆਰੀ ਗੱਲ ਕਰ ਰਹੇ ਨੇ, ਸਾਡੇ ਤੇ ਕਿਸੇ ਨੂੰ ਨਹੀਂ ਇਤਮਾਦ ਆਉਂਦਾ, ਪੇਮੈਂਟ ਵੀ ਇਹਨਾਂ ਨੂੰ ਕਰ ਸਕਦੇ ਨੇ, ਬਿਆਨਾ ਵੀ ਕਰ ਸਕਦੇ ਨੇ, ਜਾਨਵਰ ਇਹਨਾਂ ਨਾਲ ਮੁਕਾਵਣਗੇ, ਸਾਡੇ ਨਾਲ ਮੁਕਾਵਣ। ਸਾਡੇ ਵੇਖ ਰਹੇ ਨੋਟਸ 'ਚ ਨਹੀਂ ਗੱਲ ਆਉਂਦੀ, ਮਹੀਨੇ ਦੋ ਮਹੀਨੇ ਬਾਅਦ ਕਾਲ ਆ ਜਾਂਦੀ ਜੀ ਫਲਾਣੇ ਵਪਾਰੀ ਕੋਲ ਅਸੀਂ ਮੱਝ ਲਈ ਆਈ ਅਤੇ ਉਹਨੇ ਸਾਡੇ ਨਾਲ ਇਹ ਕੀਤਾ ਉਹ ਕੀਤਾ, ਉਹ ਕੋਈ ਬਿਆਨਾ ਕੋਈ ਮੱਝ ਖਰਾਬ ਆ ਯੇ ਵੋ, ਅਤੇ ਇਤਿਆਦ ਕਰਨੀ। ਬਾਕੀ ਜਿਹੜਾ ਹੈ ਨਾ ਬਾਈ ਗੁਲਾਮ ਮੁਰਤਜ਼ਾ ਸੱਚੇ ਅਤੇ ਸੁੱਚੇ ਖਰੇ ਬੰਦੇ ਨੇ, ਇਹਦੇ ਨਾਲ ਤੁਸੀਂ ਬਿਲਾ ਜੀਜਾ ਖੋ ਕੇ ਜਿਵੇਂ ਹੀ ਕੋਈ ਡੀਲ ਕਰਨਾ ਚਾਹੁੰਦਾ ਹੈ ਕਰ ਸਕਦੇ। ਮੈਂ ਪਹਿਲੇ ਦਿਨ ਵੀ ਗਰੰਟੀ ਚੁੱਕੀ ਸੀ ਔਰ ਇਹ ਬਿਲਕੁਲ ਖਰੇ ਔਰ ਸਹੀ ਇਸ ਟਾਈਮ ਲੈਣ 'ਤੇ ਜਾ ਰਹੇ ਹਨ, ਜਿਸ ਤਰੀਕੇ ਨਾਲ ਤੁਸੀਂ ਬਿਆਨਾ ਕਰੋ ਜੀ ਜੋ ਵੀ। ਬਾਕੀ ਜਾਜ਼ਬ ਸਾਕੀ ਸਾਹਿਬ ਹਨ ਸਾਡੇ ਦੋਸਤ, ਨਿਸਾਰ ਅਹਿਮਦ ਜੱਟ ਗੁਜਰਾਤੀ, ਮੁਹੰਮਦ ਸ਼ਕੀਲ ਸਿਆਲਕੋਟੀ ਸ਼ਹਿਜ਼ਾਦਾ, ਬਹੁਤ ਅੱਛੇ ਅੱਛੇ ਕਮੈਂਟ ਕਰਦੇ ਹਨ ਮਾਸ਼ਾਅੱਲਾ ਦੇ ਔਰ ਸਾਨੂੰ ਪਸੰਦ ਆਉਂਦੇ ਹਨ, ਦਿਲ ਦੀ ਅਥਾਹ ਗਹਿਰਾਈਆਂ ਨਾਲ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਕੈਮਰਾਮੈਨ ਪਹਿਲੇ ਨੰਬਰ 'ਤੇ ਦਿਖਾਓ ਜੀ ਜਾਣਾ। ਰੇਟ ਬਾਈ ਗੁਲਾਮ ਮੁਰਤਜ਼ਾ ਮਕਬੂਲ ਔਰ ਮੁਨਾਸਿਬ ਕਰਨਾ, ਜਾਨਵਰ ਤੁਹਾਡੇ ਮਾਸ਼ਾਅੱਲਾ ਅੱਛੇ ਨੇ, ਚਾਰੇ ਜਾਨਵਰ ਤੁਹਾਡੇ ਖੂਬਸੂਰਤ ਨੇ ਔਰ ਵੱਡੀਆਂ ਮੱਝਾਂ ਨੇ।
ਬਾਕੀ ਜਿਹੜਾ ਰੇਟ ਹੈ ਨਾ ਉਹ ਵੀ ਤੁਸੀਂ ਦੋਸਤਾਂ ਨੂੰ ਜਿਹੜਾ ਅੱਛਾ ਦੇਣਾ। ਸਾਜਿਦ ਬਾਈ ਗੱਲ ਇਹ ਹੈ, ਜਾਨਵਰ ਕੋਸ਼ਿਸ਼ ਕਰਿੰਦੀ ਹੈ, ਮਿਹਨਤ ਕਰਿੰਦੀ ਹੈ ਜੀ ਅੱਛਾ ਲਿਆਵਣ ਦੀ। ਅੱਛਾ ਨਾਲ ਨਾਲ ਡਿਟੇਲ ਹੀ ਦਿੱਤੇ ਹੋ ਦੋਸਤੋ। ਮੀਣੀ ਮੱਝ ਮਾਸ਼ਾਅੱਲਾ ਫੁੱਲ ਵੱਡੀ ਹੈ, ਮੱਝ ਦੂਸਰਾ ਵਾਰਾ ਬਿਲਕੁਲ ਤਿਆਰ ਹੈ ਬਾਈ ਜੀ, ਚਲਾ ਕੇ ਚਵਾ ਕੇ ਦਿਖਾਓ ਮੱਝ ਨੂੰ। ਕਿੰਨੇ ਦਿਨ ਕੱਢਦੀ ਹੈ ਇਹ ਜੀ? ਤਿਆਰ ਹੈ, ਮੈਂ ਦੋ ਦੇ ਵੀ ਕੱਢ ਸਕਦੀ ਸਾਜਿਦ ਬਾਈ, ਚਾਰ ਦੇ ਵੀ ਕੱਢ ਸਕਦੀ ਹੈ, ਬਿਲਕੁਲ ਤਿਆਰ ਹੈ ਦੋਸਤੋ। ਕਹਿੰਦਾ ਮੈਂ ਤਾਂ ਲਿਖਿਆ ਵੀ ਉਤੋਂ ਇਹਦਾ ਕੋਈ ਸ਼ੁਰੇ ਸਾਰੇ ਇਹ ਅੱਲਾ ਦੇ ਕੰਮ ਹੁੰਦੇ ਨੇ, ਹਫਤਾ ਵੀ ਲੈ ਜਾ ਸਕਦੀ ਹੈ, ਸ਼ਾਮ ਨੂੰ ਵੀ ਸੂ ਸਕਦੀ ਹੈ। ਤਕਰੀਬਨ ਐਵਰੇਜ ਦੇ ਹਿਸਾਬ ਨਾਲ 2-3 ਦਿਨਾਂ ਦੇ ਵਿੱਚ ਸੂ ਜਾਣਾ ਮੱਝ, ਬਾਕੀ ਕਮੀ ਕਿਸੇ ਗੱਲ ਦੀ ਉਹਨੂੰ ਹੈ ਹੀ ਕੋਈ ਨਹੀਂ। ਤਿਆਰ ਮੱਝ ਹੈ, ਮੀਨ ਹਿਲਦੇ ਨੇ ਬਿਲਕੁਲ, ਦੋਨੇ ਮੀਨ ਹਿਲਦੇ ਨੇ, ਅੱਖਾਂ ਸੁਫੈਦ ਨੇ। ਵਾਰਾ ਕਿਤਨਾ ਕਨਫਰਮ ਦੱਸ ਰਹੇ ਹੋ? ਵਾਰਾ ਜੀ ਦੂਜਾ, ਦੂਸਰਾ ਵਾਰਾ, ਦੂਸਰਾ ਵਾਰਾ ਮੈਂ ਤਸੱਲੀ ਨਾਲ ਵੇਖ ਲੈਣੀ ਹੈ ਤੇ ਕੈਮਰਾਮੈਨ ਸਾਜਿਦ ਬਾਈ ਵੇਖੋ ਨਾ ਮੇਰੀ ਗੱਲ ਸੁਣੋ, ਚੰਗਾ ਜਾਨਵਰ ਪੈਸਿਆਂ ਨਾਲ ਨਹੀਂ ਮਿਲਦਾ, ਨਸੀਬਾਂ ਨਾਲ ਮਿਲਦਾ, ਬਿਲਕੁਲ ਨਸੀਬਾਂ ਨਾਲ ਮਿਲਦਾ। ਤੇ ਮੱਝ ਮੇਰੀ ਕਿਸੇ ਜਗ੍ਹਾ ਤੋਂ 14 ਹਜ਼ਾਰ ਆਉਂਦੇ ਤੇ ਮੈਂ ਨਾ 21 ਹਜ਼ਾਰ ਮੱਝ ਮੇਰੀ ਦੇ ਪੂਰੇ। ਅੱਗੇ ਨਸੀਬਾਂ ਦੀ ਗੱਲ ਹੈ ਜੀ। ਤਕਰੀਬਨ ਕਿਤਨਾ ਦੁੱਧ ਕਰਨ ਵਾਲੀ ਅਗਰ ਖਿਦਮਤ? ਸਾਜਿਦ ਬਾਈ ਖਿਦਮਤਦਾਰੀ ਦੀ ਗੱਲ ਹੈ, ਦੁੱਧ ਹੁੰਦਾ ਗੱਤੇ ਪਾਏ ਦਾ ਔਰ ਨਸੀਬਾਂ ਦਾ ਜੀ। ਜਿਹੜੀ ਮਾਲਕਾਂ ਕੋਲ ਗਰੰਟੀ ਮਿਲੀ ਹੈ ਨਾ ਮੈਨੂੰ ਜੋਟੀ ਦੀ, ਉਹ ਮੈਂ ਬਾਈਆਂ ਨੂੰ ਦੇਵਾਂਗਾ। ਗਰੰਟਿਡ ਜੋਟੀ ਮੇਰੀ ਬੂਰੇ ਵਿਹਾੜੀ ਦੀ ਹੈ, ਪੁੱਠਾ ਵਿਖਾਓ ਨਾ ਉੱਤੂ ਤੇ ਡਾਕਾ ਵਿਖਾਓ, ਇਹ ਕੱਢੀ ਦੀ ਮਾਲਕ ਹੈ। ਸਟ੍ਰੇਟ ਮੱਝ ਬਿਲਕੁਲ ਕਿਵੇਂ ਮਾਸ਼ਾਅੱਲਾ ਖੂਬਸੂਰਤ ਹੈ, ਲੰਮੀ ਵੇਖੋ ਮੱਝ ਕਿੰਨੀ, 3-4 ਕਰੋੜ ਜਗ੍ਹਾ ਦੋਸਤੋ ਬੜੀ ਹੈ। ਬੈਕ ਤਾਂ ਤੁਸੀਂ ਵਾਨਾ ਵੇਖ ਸਕਦੇ, ਅੱਗੂ ਵੇਖ ਲਓ ਮਾਸ਼ਾਅੱਲਾ, ਉਹ ਤੋੜ ਰਹੀ ਹੈ, ਅੱਖ ਵੇਖੋ ਬੜੀ ਮਾਸ਼ਾਅੱਲਾ, ਬਲਾ ਬਲਦੇ ਪੈ ਨਾ ਦੁੰਨੀ ਨਾ ਕੋਈ ਮੋਸ਼ੂ ਨਾ ਪਿਆ ਕਰੋ ਨਾ ਵੇਖੋ ਮੂੰਹ ਦੀ ਅਸੀਲ, ਸਿੰਘ ਛੱਡ ਦੋਵੇਂ ਜੀ ਸਰ ਮੀਂਹ ਹਿਲਦੇ ਪੈ, ਮੂੰਹ ਦੀ ਅਸੀਲ ਜਿਹੜੀ ਮੱਝ ਫੜਸੋ ਮੂੰਹ ਦੀ ਅਸੀਲ ਉਸੀ, ਇਹਦੀ ਡਿਮਾਂਡ ਕਰੋ ਮਕੂਲ ਮੁਨਾਸਿਬ। ਲੇਕਿਨ ਆਪਾਂ ਇਹਦਾ 18 ਦੀ ਗਰੰਟੀ ਦਿੰਦੇ ਹਾਂ, 2 ਕਿਲੋ ਘੱਟ ਦੱਸਣੇ ਆ ਸਾਜਿਦ ਬਾਈ, ਅੱਗੇ ਜਾ ਕੇ 20-25 ਵੀ ਕਰੇ ਤਾਂ ਕਿਸੇ ਡੋਲਣਾ ਤਾਂ ਕੋਈ ਨੀ ਨਾ ਮੱਝ ਦਾ ਜਿਹੜਾ ਵਜੂਦ ਹੈ ਨਾ। ਹਾਂਜੀ ਤਕਰੀਬਨ 17-18 ਕਿਲੋ ਇਹਨੂੰ ਦੁੱਧ ਦੇਣਾ ਚਾਹੀਦਾ। ਗਲਤ ਕਦੀ ਸਾਜਿਦ ਬਾਈ ਨਾ ਕੀਤੀ ਹੈ, ਨਾ ਕਰਨੀ ਹੈ, ਨਾ ਕਿਸੇ ਨੂੰ ਦੁੱਖ ਫਰੇਬ ਵਿੱਚ ਰੱਖ ਕੇ ਜਾਨਵਰ ਦੇਣਾ ਹੈ, ਬਾਕੀ ਥਣਾ ਦੀ ਗਰੰਟੀ ਹੈ। ਬੰਦ ਹੋ ਅੱਛਾ ਤੁਸੀਂ ਇਹਦੇ ਡਿਮਾਂਡ ਹੀ ਦੱਸੋ ਡਿਮਾਂਡ ਸਰ, ਮੈਂ ਤਾਂ ਨਾ ਕਰੋ ਮੱਝ ਵੱਡੀ ਨਹੀਂ, ਉਹ ਕਰਨੀ ਪਊਸੀ ਯਾਰ ਮੈਨੂੰ ਨਾ। ਬੜੀ ਮਿਹਨਤ ਨਾਲ ਸਾਜਿਦ ਬਾਈ ਮੈਂ ਮਹੀਆਂ ਲਿਆਉਣਾ ਤੇ ਲੋਕੀ ਨਾ ਮੈਨੂੰ ਬੜੇ ਮੇਰੇ ਗਿੱਟੇ ਕੁੱਟਦੇ ਨੇ, ਯਕੀਨ ਕਰ ਜਾਓ। ਨਹੀਂ ਡਿਮਾਂਡ ਤਾਂ ਕਰਨੀ ਹੈ ਤੁਸੀਂ, ਉਹ ਬਾਈ ਜਾਨ ਕਰਨੀ ਪਊਸੀ, ਤੁਸੀਂ ਜਿਹੜੀ ਕਰਨੀ ਮਕਬੂਲ ਮੁਨਾਸਿਬ। ਇਹ ਵੇਖੋ ਜਾਨਾ ਤੁਹਾਡੇ ਸੇਲ ਹੁੰਦੇ ਪਏ ਨਾ, ਤੁਸੀਂ ਬਕਾਇਦਾ ਵੀਡੀਓ ਦੱਸ ਦਿਓ ਫਲਾਂ ਫਲਾਂ ਜਗ੍ਹਾ ਤੇ ਗਿਆ ਸਰ, ਲੋਕੀ ਦੋਸਤ ਇਤਮਾਦ ਕਰਦੇ ਨੇ ਤਾਂ ਲੈਂਦੇ ਨੇ, ਮੈਨੂੰ ਮੇਰੀ ਵੀਡੀਓ ਲੱਗਦੀ ਏ 8ਵੇਂ ਦੇ ਤੇ ਲੋਕੀ ਵੇਖ ਰਹੇ ਨੇ, 4-5 ਜਾਨਵਰ ਹੁੰਦੇ ਨੇ ਤੇ ਹਰ ਵੀਡੀਓ ਚਾਵਣ ਵਾਲੀ ਚ ਹਰ ਜਾਨਵਰ ਨਵਾਂ ਹੁੰਦਾ ਹੈ। ਆ ਵੇਖੋ ਨਾ ਸਾਜਿਦ ਬਾਈ ਜੀ ਆ ਜਗ੍ਹਾ ਮੱਝ ਚਾਣੀ ਹੈ, ਅੱਗੇ ਮੈਂ ਚੈੱਕ ਕਰਦਾ ਪਿਆ ਸੂ ਕਿ ਇਹ ਆ ਜਿਹੜੇ ਮੌਕੇ ਵੀ ਬਿਲਕੁਲ ਜੋਵੇਂ ਐਣ ਬਟਨ ਵੀ ਐਣ, ਇਹਦੀ ਡਿਮਾਂਡ ਦੱਸੋ। ਡਿਮਾਂਡ ਇਹਦੀ ਸਰ ਜੀ ਨਾ ਜਿਹੜੀ ਮਕੂਲ ਹੈ ਜਿਹੜੀ ਜਾਇਜ਼ ਹੈ ਜਿੱਥੇ ਜਿਹੜੀ ਮੱਝ ਆਪਾਂ ਦੇ ਛੱਡਣੀ ਜੀ, ਮੱਝ ਆਪਾਂ ਦੇ ਛੱਡਣੀ 4,65,000। 4,65,000 ਇਹਦਾ ਪਿਆਰ ਮੁਹੱਬਤ ਕਰਕੇ ਸਰ ਸਾਜਿਦ ਬਾਈ ਮੈਂ ਤੁਸੀਂ ਮੱਝ ਨੂੰ ਵੇਖੋ ਤੇ ਮੇਰਾ ਰੇਟ ਵੇਖੋ, ਇਹਦੇ ਚ ਕਿਹੜਾ ਪਿਆਰ ਮੁਹੱਬਤ ਵਾਲੀ ਮੈਂ ਕਦਰ ਛੱਡੀ, ਮੈਂ ਛੱਡੀ ਕੋਈ ਨੀ, ਯਕੀਨ ਕਰ ਜਾਓ। ਸੇਲ ਕਰਨ ਵਾਲੀ ਮੈਂ ਗੱਲ ਕੀਤੀ, ਫਾਈਨਲ ਕਰੋ ਬਾਈ ਮੋਰਜ਼ਾ, ਫਾਈਨਲ ਫਾਈਨਲ ਜਿਹੜੀ ਨਾ ਜਿਹਨੂੰ ਮੇਰੇ ਵੀਰਾਂ ਨੂੰ ਚੰਗੀ ਲੱਗੇ 4.5 ਦੀ ਮੈਂ ਲੈ ਲਈ, 4.5 ਲੱਖ ਫਾਈਨਲ ਹੈ। ਠੀਕ ਹੈ ਮੱਝ ਨੰਬਰ 2 ਲੈ ਕੇ ਮੇਰੀ ਵੇਖੋ, 2 ਨੰਬਰ ਮੱਝ ਪਾਓ ਜੀ, ਆਓ ਜੋਟੀ ਦੂਜੇ ਨੂੰ ਵੀ ਪਾਓ।
ਅੱਜ ਦੂਸਰੇ ਨੰਬਰ ਤੇ ਆ ਗਈ ਮਾਜ ਬਾਈ ਮੋਰਜ਼ਾ, ਨਾਲੋ ਨਾਲ ਡਿਟੇਲ ਹੀ ਦਿਓ। ਨੰਬਰ ਤੇ ਆ ਗਈ ਏ ਵੀ ਦੂਸਰਾ ਵਾਰਾ ਸੂਰੀ ਏ ਸਾਜਦ ਬਾਈ ਤਿਆਰ ਹੈ, ਮਤਲਬ ਤਿਆਰ ਹੈ, ਲੇਕਿਨ ਇਹ ਜੋਟੀ ਜਿਹੜੀ ਨਾ ਕੋ 4-5 ਦੇ ਜੇ ਕੱਢਦੀ ਏ ਜੀ, ਆ ਬਟਨ ਵੀ ਖਾ ਲਣਾ, ਆ ਵੇਖ ਜੀ ਨਜ਼ਰ ਆ ਰਹੇ ਨੇ, ਆ ਰਹੇ ਨੇ ਦੋਵੇਂ ਇੱਕੇ ਘਰ ਦੀਆਂ ਨੇ ਜੋਟੀਆਂ, ਪਹਿਲੇ ਨੰਬਰ ਵਾਲੀ ਔਰ ਦੂਸਰੇ ਨੰਬਰ ਵਾਲੀ ਜੀ, ਪੂਰੇ ਵਿਆੜੀ ਦੀਆਂ ਥਣ ਵੇਖੋ, ਅੰਬ ਅੰਬ ਦਾ ਲੱਗਾ ਹੋਇਆ, ਫਾਲਾਂ ਵੇਖੋ, ਚੈੱਕ ਕਰੋ ਕਾਰ ਦੈਟ, ਆ ਜਗ੍ਹਾ ਵਿਖਾਓ ਨਾ, ਮਾਸ਼ਾਅੱਲਾ ਕਾਫੀ ਜ਼ਿਆਦਾ ਚੌੜੀ ਹੈ ਜੀ, ਹੱਡੀ ਇੱਕ ਹੈ, ਪੁੱਠਾ ਖੁੱਡਾ ਤੇ ਕੰਡ ਤੇ ਵੀ ਬਾਈ ਸਾਜੂ ਲਗਿਆ ਬਿਲਕੁਲ, ਇਹ ਸੀ ਜਿਵੇਂ ਸਰੀਏ ਵਰਗੀ। ਅੱਛਾ ਠੀਕ ਹੋ ਗਿਆ, ਤਕਰੀਬਨ ਦੋਸਤੋ 4-5 ਦਿਨ ਇਹਨੇ ਲੈ ਜਾਣੇ ਨੇ ਬਕੌਲ ਬਾਈ ਮੁਰਜ਼ਾ ਦੇ, ਚੰਗੀਆਂ ਮੱਝਾਂ ਲਵਣ ਲੱਗਿਆ ਸਾਜਦ ਬਾਈ ਬੜੀ ਮਿਹਨਤ ਕਰਨੀ ਪਉਂਦੀ, ਤੇ ਜਿਹੜੇ ਮੇਰੇ ਵਿਰਾਹ ਦੇ ਨਸੀਬਾਂ ਚੋ ਹੀ ਮੇਰਾ ਤਾਂ ਦਿਲ ਕੁਝ, ਜਿਹੜਾ ਮੇਰਾ ਵਿਰਾਹ ਵੀ ਲੈ ਜਾਵੇ, ਜੋੜਾ ਹੀ ਲੈ ਜਾਵੇ ਜੀ ਜੀ, ਇਨਸ਼ਾਅੱਲਾ ਫਾਰਮ ਦੀ ਜਿਹੜੀ ਜ਼ੀਨਤ ਬਣਸੇ, ਇਹ ਕੋਈ ਨਾ ਸੀ ਵੀ ਕਿੱਥੋਂ ਮਾਝ ਲੈਂਦੀ ਤੇ ਕਿਵੇਂ ਦੀ ਮਾਝ ਹੈ ਦੋਸਤੋ, ਮਾਝ ਮਾਸ਼ਾਅੱਲਾ ਫੁੱਲ ਜਵਾਨ ਹੈ, ਫੁੱਲ ਵੱਡੀ ਮਾਝ ਹੈ, ਬੜਾ ਪੁੱਠਾ ਪੂੜਾ ਮਾਝ ਨੂੰ ਲੱਗਾ, ਹਰ ਮਾਝ ਨੂੰ ਇਹੋ ਜਿਹਾ ਨਾ ਨੇਤ ਨੇ ਤੇ ਇਹੋ ਜਿਹਾ ਸਾਜਦ ਬਾਈ ਮੱਝੀ ਨਹੀਂ ਜੰਮਦੀਆਂ, ਵਿਖਾਓ ਨਾ ਮਾਝ ਕੱਲੀ ਸ਼ਾਹ ਜ਼ੋਰੇ ਚ ਪੂਰੀ ਆਵਣ ਵਾਲੀ ਹੈ, ਹਾਂਜੀ ਮੱਝਾਂ ਮਾਸ਼ਾਅੱਲਾ ਵੇਖੋ, ਮਾਸ਼ਾਅੱਲਾ ਇਹ ਪਹਿਲੇ ਨੰਬਰ ਆਈ ਮੀਣੀਕਾ, ਉਹ ਵੀ ਕਾਫੀ ਵੱਡੀ ਹੈ, ਪਿਛਲੇ ਪੈਰ ਦੋਤੇ ਹੋਣ, ਅੱਖਾਂ ਦੋਵਾਂ ਜਵਾਬ ਹੈ, ਪੁੱਛਲ ਪੂੰਛਵੇਂ ਦਾ ਚਿੱਟਾ, ਪੂੰਛ ਵੀ ਚਿੱਟਾ ਹੈ ਜੀ, ਮੂਸ਼ੋ ਨਪਾਂਦੀ ਹੈ ਕੋਈ ਨਾ, ਸਾਜਦ ਬਾਈ ਇਹ ਤਾਂ ਕਿਲਾ ਆਉਣਾ ਹੀ ਨਹੀਂ ਨਾ ਆਪਣੀ ਮਾਝ ਦਾ, ਇਹ ਖਾਨਦਾਨੀ ਜਾਨਵਰ ਹੈ, ਇਹਨਾਂ ਨੂੰ ਬੱਚੇ ਵੀ ਭਾਵੇਂ ਪਕੜੀ ਰੱਖਿਆ। ਅੱਛਾ ਇਹਦਾ ਠੀਕ ਹੋ ਗਿਆ, ਮਾਸ਼ਾਅੱਲਾ ਕਾਫੀ ਵੱਡੀ ਹੈ, ਵੇਲ ਵੀ ਚੰਗੀ ਹੈ, ਵਜ਼ਨ ਚ ਹੀ ਹੈ, ਤੇ ਦੁੱਧ ਇਸ ਕਿਤਨਾ ਕਰਨਾ ਹੈ ਦੁੱਧ ਜੀ, ਜਿਹੜਾ ਤੁਸੀਂ ਮਤਲਬ ਅੰਦਾਜ਼ੇ ਨਾਲ ਹੀ ਦੱਸਣਾ, ਹੁਣ ਤੁਸੀਂ ਚੋਇਆ ਤਾਂ ਹੁਣ ਤਾਂ ਸੂਣ ਵਾਲੀ ਹੈ ਨਾ, ਦੀ ਗੱਲਾਂ ਹੁੰਦੀਆਂ, ਲੇਕਿਨ ਜਿਹੜੇ ਜ਼ਿਮੀਦਾਰ ਹੈ ਨਾ, ਜਿਹੜੇ ਜੱਟ ਵਿਰਾ ਇਹੋ ਜੀ ਮੱਝ ਰੱਖ ਕੇ ਸਾਂਭ ਸਕਦੇ ਨੇ, ਕੂੜ ਵੀ ਨਹੀਂ ਮਾਰਦੇ ਜੀ, ਇਹੋ ਜਿਹੀਆਂ ਖੋਟਿਆਂ ਬੰਦਿਆਂ ਦੇ ਬੂਹੇ ਤੇ ਮੱਝੀ ਸਾਜਦ ਬਾਈ ਨਹੀਂ ਪਲਦੀਆਂ ਬਿਲਕੁਲ, ਤੇ ਜਿਹੜੀ ਮੱਝ ਹੈ ਨਾ, ਪਹਿਲੇ ਸੂਏ 14-15 ਲੀਟਰ ਕਰਦੀ ਰਹੀ ਤੇ 18-20 ਪਲੱਸ ਮੱਝ ਕਰ ਸੀ, ਇਨਸ਼ਾਅੱਲਾ ਡਿਮਾਂਡ ਸਾਰਿਆਂ ਦੀ ਜਿਹੜੀ ਨਜਾਇਜ਼ ਤੇ ਮਕੂਲ ਜੀ, ਇਸ ਮੱਝ ਦੀ ਡਿਮਾਂਡ ਆਪਾਂ ਕਰਦੇ ਪਏ 4,80,000 ਰੁਪਇਆ, 4,80,000 ਦੋਸਤੋ ਬਿਲਕੁਲ ਸਿੱਧੀ ਹੈ, ਬਿਲਕੁਲ ਬੂਥੀ ਤੱਕ ਸਿੱਧੀ, ਵੇਖੋ ਨਾ ਬੰਦੇ ਤਾਂ ਫੁੱਟ ਮਾਰਨ ਲੱਗ ਪਾਉਂਦੇ, ਤੇ ਮੈਂ ਮਾਰ ਕੇ ਵੀ ਖਾਣਾ, 3 ਫੁੱਟ ਮੇਰੀ ਮਾਂ ਜੁੱਤੂ ਚੈੜੀ ਹੈ, ਕੱਡੀ ਦੀ ਮਾਲਕ ਹੈ, ਆ ਵੇਖੋ ਨਾ ਨੁਕਰਾਂ ਨੁਕੀਲੀਆਂ, ਇਹ ਨੀਲੀ ਦੀ ਨਿਸ਼ਾਨੀ ਹੈ, ਜਦੋਂ ਮਾਂ ਦੁੱਧ ਦੇਣਾ ਤੇ ਅਸੀਂ ਚੁੰਝਾਂ ਕੱਢ ਜਾਸੇ ਨੱਡੀਆਂ, ਬਿਲਕੁਲ ਬਰੀਕ ਹੋ ਜਾਣਾ, ਕਾਫੀ ਜ਼ਿਆਦਾ ਬਰੀਕ ਨੇ। ਅੱਛਾ ਫਾਈਨਲ 4-80 ਡਿਮਾਂਡ ਕਰਦੇ ਪਿਓ, ਇਹਦੇ ਪਿਆਰ ਮੁਹੱਬਤ ਕਰਕੇ ਕਿਤਨਾ ਤੁਸੀਂ ਕਰ, 10 ਛੱਡ ਦਿਸਾਂ ਜੀ, 10 ਉਹਨਾਂ ਨੂੰ ਛੱਡ ਦਿਸਾਂ, 5 ਤੁਹਾਨੂੰ ਛੱਡ ਦਿਸਾਂ, 65 ਕਰ ਦਿਸਾਂ, ਕੋਈ ਥੋੜਾ ਜਿਹਾ ਹੋਰ ਕਰ ਲਓ, 5 ਹੋਰ ਕਰ ਦਿਓ, ਨਾ ਛਡਾਇਆ ਕਰੋ, 60 ਕਰ ਲਓ ਜਿਸਲ ਤੁਸੀਂ ਮੈਨੂੰ, ਠੀਕ ਹੈ ਤੁਹਾਡਾ ਵੀ ਰਾਈਟ ਹੈ, ਤੁਹਾਡਾ ਹੱਕ ਬਣਦਾ ਹੈ ਦੋਸਤਾਂ ਦਾ ਪਿਆਰ ਮੁਹੱਬਤ ਕਰਨਾ, ਲੇਕਿਨ ਮੈਂ ਤੁਹਾਡੇ ਵੀ ਕਦਰ ਕਰਨਾ, ਭਾਈਆਂ ਦੇ ਵੀ ਕਰਨਾ ਜੀ, ਤੇ ਜਦੋਂ ਮੈਂ ਜ਼ਿਆਦਾ ਛੱਡਣਾ ਤੇ ਭਾਈ ਮੇਰੇ ਗਿੱਛੇ ਟੁੱਟਦੇ, ਫਾਈਨਲ 4,60,000 ਠੀਕ, ਜੋੜੇ ਨੂੰ ਇੱਕ ਵਾਰ ਇਕੱਠਾ ਵਿਖਿਆ ਹੈ ਬਿਲਕੁਲ ਨਜ਼ਰ ਆ ਰਿਹਾ, ਤੀਸਰੇ ਨੰਬਰ ਤੇ ਲੈ ਆਓ ਤੁਸੀਂ, ਤੀਸਰੇ ਨੰਬਰ ਤੇ ਜੀ ਜੋਟੀ ਸੂਈ ਹੋਈ ਹੈ, ਚਲੋ ਜੀ ਦੋਸਤੋ ਤੀਸਰੇ ਨੰਬਰ ਵਾਲੀ ਜੋਟੀ ਆ ਗਈ, ਇਹ ਮੁਰਜ਼ਾ ਬਾਈ ਦੂਸਰਾ ਵਾਰਾ ਸੂਈ ਹੋਈ ਕਹਿ ਰਹੇ ਹੋ, ਵੀ ਦੂਸਰਾ ਵਾਰਾ ਸੂਈ ਹੋਈ, ਦੋਸਤੋ ਤਸੱਲੀ ਕਰ ਲੈਣੀ ਹੈ, ਜੋਟੀ ਦੀ ਆ ਵੀ ਕੱਟੀ ਤੇ ਥੱਲੇ ਵੀ ਕੱਟੀ ਸੂ, ਮਾਸ਼ਾਅੱਲਾ ਸਿਰ ਅੱਖ ਮੱਥਾ ਸਾਰਾ ਕੁਝ ਵਿਖਾ ਦਿਓ, ਕੱਦ ਹਾਈਟ ਜਿਹੜਾ ਵੀ, ਮਾਸ਼ਾਅੱਲਾ ਕੱਦੇ ਦਾ ਹੀ ਢੇਰ ਹੈ, ਵੇਲ ਵੀ ਚੰਗੀ ਹੈ, ਜਿਵੇਂ ਦੂਸਰੀਆਂ ਮੱਝਾਂ ਦੀ ਵੇਲ ਹੈ, ਵੇਲੇ ਦੀ ਉਹਨਾਂ ਦੇ ਬਰਾਬਰ ਹੀ ਹੈ, ਕਿਸੇ ਪਾਸੂ ਇਨਸ਼ਾਅੱਲਾ ਕੋਈ ਜਾਨਵਰ ਕਿਸੇ ਜਾਨਵਰ ਨੂੰ ਕਮੀ ਨਹੀਂ ਹੋਣੀ ਸਿਰ ਮੱਥੇ ਦੀ। ਕਿਤਨੇ ਦਿਨਾਂ ਦੀ ਸੂਈ ਹੈ ਜੀ? ਇਹਨੂੰ ਪੂਰੇ ਹਫਤਾ ਹੋ ਗਿਆ ਜੀ, 8 ਦਿਨ ਹੋ ਗਏ, 8 ਦਿਨ ਦੋਸਤੋ ਸੂਈ ਨੂੰ ਹੈ, ਠੀਕ ਹੋ ਗਿਆ। ਇਸ ਟਾਈਮ ਜਿਹੜਾ ਦੁੱਧ ਚੋਂਦਾ ਪਿਆ ਬਾਈ ਜਾਨ, ਬੱਚੇ ਸਮੈਤ, ਬੱਚੇ ਸਮੈਤ ਇਸ ਟਾਈਮ ਮੇਰੇ ਕੋਲ ਕੋਈ ਘੰਟੇ ਬਾਅਦ ਆ ਜਾਵੇ ਜਾਂ ਕੱਲ ਆ ਜਾਵੇ ਜਾਂ ਸ਼ਾਮ ਨੂੰ ਆ ਜਾਵੇ ਜੀ ਜੀ,
ਆਪਾਂ 14 ਕਿਲੋ ਚੁਆ ਕੇ ਦਿਸਾਂ 14 ਕਿਲੋ ਠੰਡਾ ਦੁੱਧ ਦੋਵਾਂ ਟਾਈਮਾਂ ਦਾ ਬੱਚੇ ਸਮੇਤ ਠੀਕ ਹੋ ਗਿਆ ਕਿਉਂ ਝੂਠ ਵਾਲੀ ਤੇ ਚੁਆ ਪਸਮਾ ਦਾ ਬਾਈ ਜੀ ਚੁਆ ਪਸਮਾ ਭਾਈ ਦੀ ਚੁਆਈ ਕਰਵਾਉਣੀ ਨੇ ਇਹ ਮੇਰੀ ਅੱਜ ਮਿਨਾ ਦੇਖ ਮੰਨ ਲਓ ਚੁਆ ਮੇਰਾ ਖਿਆਲ ਵਟਸਐਪ ਵੀਡੀਓ ਬਣਾ ਲਈ ਸਾਂ ਤੇ ਬਾਕੀ ਤੁਸੀਂ ਦੱਸਦੇ ਪਏ ਤੁਹਾਡੇ ਤੇ ਇਤਬਾਰ ਹੈ ਕੰਮ ਮਾਸ਼ਾਅੱਲਾ ਤੁਸੀਂ ਸੋਹਣਾ ਕਰਦੇ ਹੋ ਕੱਟੀ ਵੀ ਵਿਖਾਓ ਬੜੀ ਪਿਆਰੀ ਜੋਟੀ ਹੈ ਜੀ ਇਹ ਵੀ ਜੂਦੀ ਹੈ ਚੌਪਸ ਮਾ ਕਲੀਅਰ ਹੈ ਨਾ ਬੜਾ ਕਲੀਅਰ ਹੈ ਜੀ 14 ਲੀਟਰ ਦੁੱਧ ਠੰਡਾ ਕਰਕੇ ਆ ਦੋਸਤੋ ਦੀ ਕੱਟੀ ਹੈ ਬਾਈ ਪਿੱਛੇ ਕਰੀ ਸੁਣਦੀ ਪੀ ਥੱਲੇ ਮਾਸ਼ਾਅੱਲਾ ਮਾਂ ਤਰ੍ਹਾਂ ਦੋਸਤੋ ਕੱਟੀ ਚੰਗੀ ਜਵਾਨ ਹੈ ਲੰਬੀ ਹੈ ਇਹਦਾ ਬਾਈ ਦੂਸਰਾ ਮੂੰਹ ਅਗਰ ਨਾ ਪਾਉਂਦੀ ਅੱਛਾ ਜੀ ਡਿਮਾਂਡ ਹੀ ਨਾਲ ਨਾਲ ਦੱਸੀ ਆਓ ਬਾਕੀ ਸਾਰੀਆਂ ਗੱਲਾਂ ਤੁਸੀਂ ਕਰ ਲਈਆਂ ਜੀ ਲੋਕੀ ਤਾਂ ਕਰਦੇ ਨਹੀਂ ਹੋ ਜੀ ਮੱਝੀ ਦਾ 4-4 ਲੱਖ ਰਹੇ ਜੀ ਜੀ ਲੇਕਿਨ ਆਪਾਂ ਕੋਈ ਨਹੀਂ ਕਰਨਾ ਦੂਜੇ ਨੇ ਜੋਟੀ ਹੈ 14 ਕਿਲੋ ਹਾਜ਼ਰ ਮੌਕੇ ਚੁਆ ਕੇ ਦੇਣਾ 16 ਕਿਲੋਆਂ ਦੀ ਗਰੰਟੀ ਦੀ ਸਾਂ ਜੀ 10 ਤੋਂ 5 ਦਿਨਾਂ ਬਾਅਦ ਆਪਣੀ ਜੋਟੀ ਨਾ 16 ਦੇ ਕਰੇ ਤਾਂ ਆਪਾਂ ਉਹਦਾ ਮਸੂਲਦਾਰ ਸਾਂ ਆਵਣ ਜਾਵਣ ਦਾ ਕਿਰਾਇਆ ਭਰਸਾਂ ਜੀ ਬਾਕੀ ਜਿਹੜੀਆਂ ਦੀ ਡਿਮਾਂਡ ਹੈ ਜੀ ਉਹ ਜਾਇਜ਼ ਤੇ ਮਕੂਲ ਕਰਸਾਂ ਹੈ ਜੀ 3,85,000 ਦੀ ਜੋਟੀ ਦੇ ਸਕਦਾ 3,85,000 14 ਲੀਟਰ ਦੁੱਧ ਪੂਰਾ ਕਰਾ ਕੇ ਜਿੱਥੋਂ ਕਿਸੇ ਦਾ ਬਾਈ ਦਾ ਦਿਲ ਕਰੇਗਾ ਮੇਰੀ ਜੋਟੀ ਦੋਵਾਂ ਟਾਈਮਾਂ ਦਾ 14 ਸਿਰ ਨਾ ਦੇਵੇ ਅਗਰ ਉਹ ਗੱਡੀ ਤੇ ਆਉਂਦੇ ਤਾਂ ਉਹਨਾਂ ਦਾ ਕਿਰਾਇਆ ਖਰਚਾ ਚੱਲ ਸਕਦਾ ਇਹਦਾ ਫਾਈਨਲ ਕਰੋ ਫਾਈਨਲ ਇਹਦਾ 5,000 ਛੱਡ ਦੇਣਾ ਤੇ 3,80,000 ਦੀ ਜੋਟੀ ਦੇ ਛੱਡ ਨਹੀਂ ਕੋ ਥੋੜਾ ਜਿਹਾ ਕਰ ਲਿਆ ਕਰੋ ਬਾਈ ਨਹੀਂ ਹੁਣ ਛੁੱਟਣਾ ਹਕੀਕਤ ਨਹੀਂ ਇਸ ਤਰ੍ਹਾਂ ਨਾ ਕੀਤੀ ਕਰੋ ਐਂ ਨਾ ਕੀਤਾ ਕਰੋ ਚਲ ਫਾਈਨਲ ਜੋਟੀ 3,75,000 ਦੀ ਦੇ ਛੱਡ ਸਾਹ ਸਟੂਤੇ ਹੁਣ ਸਾਜਦ ਆਪਣੇ ਕੋਲ ਨਾ ਹੋਣਾ ਤੇ ਨਾ ਪੁਜਾਇਆ ਸੀ ਭਾਈ ਫਾਈਨਲ ਰੇਟ ਕਰੋ ਫਿਰ ਅਗਲੀ ਮਾਜ ਨੰਬਰ ਜਿਹੜੇ 4 ਹੈ ਉਹ ਕਰੋ ਭਾਈ 3,75,000 ਤੋਂ ਘੱਟ ਆਪਾਂ 100 ਰੁਪਏ ਨਹੀਂ ਦੇ ਇਹਦੀ ਚੁਆਈ ਵਿੱਚ ਕਰੋ ਚੁਆਈ ਇਹਦੀ ਕਰਨੀ ਚਲੋ ਮਾਜ ਵਿਖਾਣਾ ਮੈਂ ਤੁਸੀਂ ਉਹਨੇ ਬੱਚਾ ਲਾ ਲਓ ਬੱਚਾ ਲਾ ਲਓ ਬਾਬਾ ਛੱਡ ਬੱਚਾ ਯਾਰ ਆ ਦੋਸਤੋ ਬੱਚਾ ਥੱਲੇ ਲੱਗਦਾ ਪਿਆ ਮਾਜ ਨੰਬਰ 4 ਵੀ ਖਾਣੀ ਹੈ ਨਾਲ ਉਤਨੇ ਨੇ ਇਹਦੀ ਚੁਆਈ ਜਿਹੜਾ ਦੁੱਧ ਹੈ ਜਿਤਨਾ ਵੀ ਦੇਖੋ ਨਾ ਵੰਗਾ ਅਗਲਾ ਨਾ ਪਿਛਲਾ ਜਿੱਥੇ ਖਲੀ ਆਈ ਉੱਥੇ ਬੱਚਾ ਲਾ ਛੱਡਿਆ ਠੀਕ ਹੋ ਗਿਆ ਆ ਜੋ ਮਾਜ ਨੰਬਰ 4 ਮਾਸ਼ਾਅੱਲਾ ਦੋਸਤੋ ਅੱਜ ਜਾਨਵਰ ਕਾਫੀ ਜ਼ਿਆਦਾ ਬਾਈ ਮੋਰਜ਼ਾ ਖੂਬਸੂਰਤ ਵਿਖਾਂਦੇ ਪਏ ਨੇ ਸਾਜਦ ਬਾਈ ਜਾਨਵਰ ਲੈਣਾ ਵੀ ਅੱਛਾ ਚਾਹੀਦਾ ਹੈ ਜੀ ਤੇ ਅੱਛਾ ਜਾਨਵਰ ਸੇ ਅੱਗੇ ਦੇਣਾ ਵੀ ਅੱਛਾ ਚਾਹੀਦਾ ਦੇਣਾ ਵੀ ਅੱਛਾ ਚਾਹੀਦਾ ਰੇਟ ਤਾਂ ਮਕੂਲ ਕਰਨੇ ਚਾਹੀਦੇ ਨੇ ਪਰ ਮਸਲਾ ਇਸ ਗੱਲ ਦਾ ਰੇਟ ਜਿਹੜੇ ਆਪਾਂ ਅੱਜ ਕਰ ਛੱਡਣ ਮੇਰੇ ਦਿਲ ਤਾਂ ਨਹੀਂ ਮੰਨਦਾ ਵੀ ਕੋਈ ਬੰਦਾ ਕਰੇ ਨਹੀਂ ਰੇਟ ਅੱਛੇ ਨੇ ਤੇ ਇਹ ਹਲਕੀ ਹਲਕੀ ਬਾਲ ਪਾਈ ਬੰਦੀ ਹੈ ਜੀ ਪਾਈ ਬੰਦੀ ਹੈ ਐਵੇਂ ਹੀ ਹੈ ਨਾ ਜਾਂ ਤੂੰ ਕੱਲ ਲਈ ਇਹਨੇ ਕਿਤਵਾ ਵਾਰਾ ਸੋਣਾ ਹੈ ਇਹ ਵੀ ਦੂਸਰਾ ਵਾਰਾ ਜੀ ਸੋਣਾ ਤਿਆਰ ਹੈ ਬਿਲਕੁਲ ਕੋਈ 4-5 ਦਿਨ ਲੈ ਨਾ ਜਾਸੀ ਹਫਤਾ ਪੂਰਾ ਲੈਣਾ ਇਸ ਹਫਤਾ ਲਾਇਆ ਜਾਸੀ ਬਿਲਕੁਲ ਦੋਸਤੋ ਮਾਸ਼ਾਅੱਲਾ ਅਡਰ ਕੁਆਲਿਟੀ ਜਿਹੜੀ ਹੈ ਨਾ ਇਹਦੀ ਕਾਫੀ ਜ਼ਿਆਦਾ ਖੂਬਸੂਰਤ ਹੈ ਬਾਕੀ ਤੁਹਾਨੂੰ ਬਾਲ ਨਜ਼ਰ ਆ ਰਹੀ ਆ ਵੇਖ ਸਕਦੇ ਹੋ ਉਹ ਕਲੀਅਰ ਮਹਿਸੂਸ ਹੁੰਦੀ ਪਈ ਲੱਗਾ ਹੋਇਆ ਪਿਆਰਾ ਮੋਠ ਮੋਠ ਦਾ ਹਲੇ ਹਫਤੇ ਦੇ ਵਿੱਚ ਇਸ ਬਾਣੀ ਬੜਾ ਜਾਣਾ ਹੈ ਹਫਤਾ ਕੱਢ ਕੇ ਮਾਸ਼ਾਅੱਲਾ ਮਲਕਾ ਆਖਿਆ ਹੈ ਵੀ ਸੂੰ ਐਂ ਜੋ ਜਾਣੀ ਤੇ ਸਾਡੀ ਮਾਂ ਕਿੱਲੇ ਤੇ ਜਾ ਕੇ ਤੁਰ ਕੇ ਪਾਣੀ ਨਹੀਂ ਪੀਂਦੀ ਕਨਫਰਮ ਦੂਸਰਾ ਵਾਰ ਹੈ ਕਨਫਰਮ ਜੀ ਸਿਰ ਵੇਖੋ ਨਾ ਇਹ ਮੋਕ ਰੱਖਿਆ ਲੁਕਦਾ ਹੈ ਥਣ ਪਾਵਰ ਵਾਲਾ ਹੋ ਸਕਦਾ ਦੀ ਅਗਾੜੀ ਪਿਛਾੜੀ ਜਿਹੜੀ ਬਰਾਬਰ ਹੋਵੇ ਜਿਸ ਬਰਾਬਰ ਹੋਣੀ ਸਾਜਦ ਜਿਸ ਟਾਈਪ ਦਾ ਥਣ ਲੱਗਾ ਹੋਇਆ ਨਾ ਹਾਂਜੀ ਅੱਛਾ ਜਨਾਬ ਕਿਤਨਾ ਕੁ ਦੁੱਧ ਕਰਾਂ ਨਾਲੀਏ ਤੁਹਾਡਾ ਵਪਾਰੀਆਂ ਦਾ ਅੰਦਾਜ਼ਾ ਹੁੰਦਾ ਕਾਫੀ ਜ਼ਿਆਦਾ ਦੁੱਧ ਜਿਹੜਾ ਨਾ ਮੂੰਹ ਦੇ ਪਹਿਲੇ ਮੂੰਹ ਵਿਖਾਓ 4 ਮਹੀਆਂ ਵੀ ਖਾਈਆਂ ਨੇ ਇੱਕ ਹੱਥ ਨਾਲ ਫੜੀ ਰੱਖੋ ਜੀ ਸਿੰਘ ਵੇਖੋ ਆ ਵੇਖੋ
ਮਾਸ਼ਾਅੱਲਾ ਖੂਬਸੂਰਤ ਹੈ। ਦੁੱਧ ਦੀ ਦੱਸੋ ਕਿਤਨਾ ਕਰਜ਼ਾ ਸੀ? ਪਛਾਣ ਦੁੱਧ ਜਿਹੜਾ ਹੈ ਨਾ ਆਪਣੀ ਜੋਟੀ, ਆਪਾਂ 15-16 ਕਿਲੋਆਂ ਦੀ ਗਰੰਟੀ ਦਿੰਦੇ, ਕਿਉਂਕਿ ਦੋਸਤ ਨਾ ਫਿਰ ਨਾ ਮੈਸੇਜ ਕਰਦੇ ਨੇ ਕਿ ਦੁੱਧ ਦਾ ਵੀ ਪੁੱਛਿਆ ਕਰੋ। ਜੀ 15-16 ਕਿਲੋ ਇਸ ਨਹੀਂ ਦੇਣਾ ਜੀ, ਫਿਰ ਦੇਣਾ ਕਿੰਨੇ? ਅਦਰ ਕੁਆਲਿਟੀ ਦਾ ਮਤਲਬ ਦੁੱਧ ਨਾਲ ਹੀ ਹੁੰਦਾ ਜੀ। ਜੀ ਜੀ ਬਿਲਕੁਲ, ਜਗ੍ਹਾ ਹੋਵੇ ਤਾਂ ਦੁੱਧ ਹੁੰਦਾ, ਜਗ੍ਹਾ ਨਾ ਹੋਵੇ ਤਾਂ ਥਾਣ ਵੀ ਖਾਓ ਨਾ, ਗੇਟ ਗੇਟ ਤੇ ਖਲਾ ਕਿਤੇ ਬਾਈ ਰੋਕਿਆ ਤਾਂ ਵੀ ਖਾਸਾ ਰੋਕ ਜੀ। ਆਏ ਮੇਰਾ ਜ਼ਾਤੀ ਅੰਦਾਜ਼ ਇਹਨਾਂ ਨੇ ਅਗਾੜੀ ਪਿਛਾੜੀ ਇਸ ਬਰਾਬਰ ਰੱਖਣੀ, ਬਰਾਬਰ ਹੈ ਜੀ ਬਰਾਬਰ ਹੈ, ਕਿਉਂਕਿ ਇਹ ਜਿਹੜਾ ਥਾਣ ਮਾਸ਼ਾਅੱਲਾ ਖੂਬਸੂਰਤ ਲੱਗਾ ਹੋਇਆ ਨਾ, ਬੜਾ ਪਿਆਰਾ ਥਾਣ ਜੋਟੀ ਨੂੰ, 15-16 ਕਿਲੋ ਤੈਨੂੰ ਕਰਨਾ ਚਾਹੀਦਾ। ਕਰਸੀ ਜੀ ਕਰਸੀ, ਭਾਈ ਜਾਨ ਇੱਕ ਮਿੰਟ ਤੁਸੀਂ ਰੋਕੋ ਇਹਨੂੰ, ਮੈਂ ਉਹਨਾਂ ਪਸਮਾ ਚੈੱਕ ਕਰਾ ਕੇ ਦੋਸਤੋ ਅੱਜ ਦਾ ਪਸਮਾ ਚੈੱਕ ਕਰੋ, ਬਾਕੀ ਤੁਸੀਂ ਬਜ਼ੁਰਗੋ ਚੋ ਮੈਂ ਮਾਜ ਦੀ ਗੱਲ ਕਲੀਅਰ ਕਰ ਲਾਂ। ਬਾਈ ਮੌਜ਼ਾ ਇਹਦਾ ਰੇਟ ਦੱਸੋ ਦੁੱਧ ਦਾ, ਤੁਸੀਂ ਦੱਸ ਲਿਆ ਵੀ 15-16 ਕਿਲੋ ਇਹਨੂੰ ਇਨਸ਼ਾਅੱਲਾ ਕਰਨਾ ਚਾਹੀਦਾ। ਔਰ ਇਹ ਕਰਸੀ, ਇਹ ਤਾਂ ਮੇਰੀ ਵੀ ਗਰੰਟੀ ਹੈ, ਕਿਉਂਕਿ ਮੇਰਾ ਵੀ ਕੋਈ ਥੋੜ੍ਹੀ ਸੋਰ ਸਮਝ ਮੈਨੂੰ ਵੀ ਹੈ। ਇਹਦੀ ਡਿਟੇਲ ਡਿਮਾਂਡ ਦੱਸੋ, ਕਲੀਅਰ ਕਰੋ ਡਿਮਾਂਡ। ਇਹਦੀ ਸਾਰ ਹੈ ਹੀ ਕੋਈ ਨਾ, ਕੀ ਫਰੀ ਤਾਂ ਨਹੀਂ ਦੇਣੀ? ਫਰੀ ਦੇਣੀ ਹੈ, 3,55,000 ਦੀ ਜੋਟੀ ਦੇ ਚੋਣੀ, 3,55,000 ਕੋਈ ਪਿਆਰ ਮੁਹੱਬਤ ਕਰਕੇ ਦੱਸੋ। ਇਹਦੂ ਵੇਖੋ ਨਾ ਬਾ ਮੈਂ ਹੇਠ ਬਹਿ ਜਾਵਾਂ, ਐਡਾ ਪਾਣ ਜੀ ਦਾ ਤਾਂ ਅਦਰ ਕੁਆਲਿਟੀ ਐਸੋ ਐਸ ਤੋਂ ਗਾ ਸਾਜਦ ਕੀ ਨਹੀਂ, ਇਹਦਾ ਹਵਾਨਾ ਅੱਛਾ ਹੈ ਮਾਸ਼ਾਅੱਲਾ। ਪਿਆਰ ਫਾਈਨਲ ਕੀਮਤ 5,000 ਛੱਡ ਕੇ 3,500 ਦੀ ਜੋਟੀ ਦੇ ਚੜ ਸਰ, ਇਹ ਤਾਂ ਸਿਰਫ 5 ਹੀ ਛੱਡਣਾ ਹੈ, 5 ਹੀ ਛੱਡਣਾ, ਉਹਦੇ ਚ ਕੀ ਹੈਗਾ ਹੁਣ ਮੈਂ ਛੱਡਾਂ? ਨਹੀਂ ਕੋ ਥੋੜਾ ਜਿਹਾ ਕਰ ਲਓ, ਕੋਈ ਥੋੜਾ ਗੁੰਜਾਇਸ਼ ਸ਼ਾਇਦ ਕਰ, ਦੋਸਤਾਂ ਨਾਲ ਹੋ ਜਾਸੀ ਸਾਜਦ, ਆਇਆ ਨਾ ਹੋ ਜਾਸੀ। ਹੁਣ ਉਹਦੀ ਚੁਆਈ ਜਨਾਬ ਜੀ ਕਰੋ, ਕਾਹ ਕਰਨੀ ਇਹਨੂੰ, ਬੰਨ ਛੱਡੋ, ਤੁਸੀਂ ਵਿਖਾਓ ਸਿਰੇ ਸਹੀ ਬਰਤਨ ਵਿਖਾਓ, ਕਰੋ ਕਰੋ ਚੁਆਈ, ਅੱਲਾ ਨਾ ਕਰੇ ਕਿਸੇ ਨਾ ਕੋਈ ਨਾ ਬਰਤਨ ਵੈਸੇ ਨਜ਼ਰ ਆ ਰਿਹਾ ਵੀ ਬਰਤਨ ਜਿਹੜਾ ਆਵਾਜ਼ ਆਉਂਦੀ ਪਈ। ਚੱਲ ਜੀ ਚੁਆਈ ਕਰੋ, ਹੱਲੀ ਜੁੱਲੀ ਕੋਈ ਨੀ, ਬਿਲਕੁਲ ਸਾਹਮਣੇ ਹੀ ਹੈ। ਤੇ ਜਾਨਵਰ ਦਾ ਦੁੱਧ ਤਾਂ ਜੀ ਪੀਪਿਆਂ ਚ ਬੜਾ ਅਸੀਲਾ ਤੇ ਨਸਲ, ਜਾਨਵਰ ਦਾ ਕੱਲਾ ਹੋਵੇ ਨਾ ਤੇ ਉਹਨੂੰ ਰੱਖਣ ਦਾ ਵੀ ਮਜ਼ਾ ਤਾਂ ਹੀ ਹੈ, ਇਹ ਚੀਜ਼ ਹੈ ਨਾ। ਬਾਕੀ ਆਪਣੀ ਮੱਝ ਜਿਹੜੀ ਹਰ ਪਸ਼ੂ ਪਾ ਕੇ ਚਾਰੇ ਮੱਝੀ ਪਾ ਕੇ ਕਿਸੇ ਛੱਟਾਂ ਫੁਆਰਾਂ ਨਾਲ ਮਰੋੜੀ ਨਾ ਉਸ ਉੱਥੇ ਗਈਆਂ ਵੀ ਆਪਣੀਆਂ, ਕਿਉਂ ਇਤਨੀ ਮਿਹਰਬਾਨੀ ਤੁਹਾਡੀ? ਜੀ ਵੇਖੋ ਨਾ ਤੁਸੀਂ ਜਾਨਵਰ ਦਿੰਦੇ ਪਏ, ਦੋਸਤਾਂ ਨੂੰ ਇਤਮਾਦ ਹੈ, ਬਾਰ ਬਾਰ ਤੁਹਾਡੇ ਕੋਲ ਲੈਂਦੇ ਪਏ ਸਰ, ਉਹਨਾਂ ਦੇ ਬੜਾ ਮੈਂ ਮੋਰਜ਼ਾ ਬਈ ਗੱਲ ਹੁੰਦੀ ਹੈ ਇੱਕ, ਵੇਖੋ ਨਾ ਬਿਲਕੁਲ ਜੀ। ਵੀਡੀਓ ਬਣਾਉਣ ਦਾ ਮਕਸਦ ਕੀ ਹੁੰਦਾ? ਲੋਕਾਂ ਨੂੰ, ਦੋਸਤਾਂ ਨੂੰ ਜਾਨਵਰ ਦੇਣੇ ਔਰ ਇਤਮਾਦ ਤੇ ਦੇਣੇ, ਬਿਲਕੁਲ। ਬਾਜ਼ਾਰ ਵੇਖੋ ਕਿਤਨਾ ਇਤਮਾਦ ਕਰਦੇ ਨੇ, ਪੇਮੈਂਟ ਪਹਿਲੇ ਭੇਜ ਚੜਦੇ ਨੇ, ਅਸੀਂ ਜਾਨਵਰ 2-4 ਦਿਨ 5 ਦਿਨ ਬਾਅਦ ਭੇਜਣਾ ਹੁੰਦਾ। ਸਿਖਾਰੀਆਂ ਜਾਨਵਰ ਦੋਵੇਂ ਭੇਜਦੇ ਰਾਜੇ ਬਾਬਰ ਬਾਈ ਹੋਰ ਮੈਨੂੰ ਪੇਮੈਂਟ ਕਿ ਮੈਨੂੰ ਭੇਜ ਸਕੀਏ ਤੇ ਇਤਵਾਰ ਨੂੰ ਜਾਨਵਰ ਉਹਨਾਂ ਦੇ ਗਏ, ਉਹਨਾਂ ਦੀ ਡਿਊਟੀ ਸੂਪੀ ਹੈ ਮੇਰੇ ਕੋਲ ਜੀ, ਉਹਨਾਂ ਕਿਹਾ ਜੀ ਕੁਝ ਘੰਟੇ ਵੇਟ ਕਰ ਸਕਦੇ ਹੋ, ਮੈਂ ਕਿਹਾ ਸਰ ਜਦੋਂ ਤੁਸੀਂ ਫੋਨ ਕੀਤਾ ਤੁਹਾਡਾ ਮਾਲ ਉਦੋਂ ਪਹੁੰਚ ਗਿਆ ਸੀ, ਵੇਖੋ ਨਾ ਇਤਮਾਦ ਹੈ ਨਾ। ਫਿਰ ਦੋਵੇਂ ਬੱਚੇ ਵੀ ਵਿਖਾਏ ਨੇ ਗੱਡੀ 'ਚ, ਮੈਂ ਵੀ ਵਿਖਾਈਆਂ ਨੇ, ਮੁੜ ਤਰਪਾਲ ਪਾਇਆ ਕਿ ਵੀਡੀਓ ਉਹਦੇ ਲਈ ਭੇਜੀ, ਫਿਰ ਗੱਡੀ ਅੱਡੇ 'ਤੇ ਲਾਉਂਦਿਆਂ ਤੇ ਜੀ ਉਹਦੇ ਲਈ ਵੀਡੀਓ ਭੇਜੀ, ਔਰ ਅਲਹਮਦੁਲਿਲਾ ਬੜਾ ਖੁਸ਼ ਹੈ। ਆਹ ਚੀਜ਼ ਹੈ, ਜਦੋਂ ਵੀ ਸਾਨੂੰ ਬਾਈ ਜਾਨ ਕਿਸੇ ਵੀਡੀਓ ਵਾਲੇ ਨੂੰ ਸ਼ਿਕਾਇਤ ਆ ਜਾਣੀ ਨੀ, ਕਿਸੇ ਨੇ ਜ਼ਿਆਦਤੀ ਹੋਣੀ, ਅਸੀਂ ਬਾਈਕਾਟ ਕਰਨਾ, ਉਸ ਬੰਦੇ ਦੇ ਸਾ ਵੀਡੀਓ ਨਹੀਂ ਬਣਾਉਣੀ, ਬਿਲਕੁਲ ਜਾਇਜ਼ ਗੱਲ ਹੈ। ਕਿਉਂਕਿ ਵੇਖੋ ਇਹ ਦੋਸਤ ਸੁਣਦੇ ਪਏ ਨੇ, ਇਹ ਨਹੀਂ ਅਸੀਂ ਕਰਨਾਗੇ ਤੁਸੀਂ ਲੋਕਾਂ ਨਾਲ ਦੁੱਖ ਕੇ ਕਰੋ ਤੇ ਅਸੀਂ ਫਿਰ ਆ ਕੇ ਵੀਡੀਓ ਬਣਾਵੀਏ, ਗੱਲਾਂ ਮੂੰਹ ਤੇ ਹੋਣੀਆਂ ਚਾਹੀਦੀਆਂ ਨੇ ਤੇ ਸਾਰੇ ਦੋਸਤ ਜਿਹੜੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਆਹ ਚੀਜ਼ ਹੈ। ਕੰਮ ਸਾਰੇ ਪੁੱਤ ਸੱਤ ਦਾ ਹੀ ਚੱਲਦਾ। ਹਾਂਜੀ
ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਮੁਰਜ਼ਾ ਬਾਈ 5-10 ਹਜ਼ਾਰ ਉੱਤੇ ਜਾਨਵਰ ਦੇ ਲਓ, ਨੋਕਸਾਲਾ ਜਾਨਵਰ ਨਹੀਂ ਭੇਜਣਾ ਤੁਸੀਂ ਕਿੱਥੇ ਵੀ। ਨਹੀਂ ਆਪਾਂ ਭੇਜਦੇ ਨਹੀਂ ਇਨਸ਼ਾਅੱਲਾ ਜੀ, ਜਾਨਵਰ ਆਪਾਂ ਸਾਜਦ ਬਾਈ ਲਾਏਣ, ਜਿਹੜਾ ਥਣਾਂ ਦਾ ਫਾਲਟ ਹੁੰਦਾ ਨਾ ਸਾਜਦ ਬਾਈ, ਸਾਡਾ ਵੀ ਤਰ੍ਹਾਂ ਦਿਆਂ ਦਾ ਕਾਰੋਬਾਰ, ਜਦੋਂ ਅਦਰ ਕੁਆਲਿਟੀ ਥਣ ਵਿਖੀਂਦਾ ਹੈ ਨਾ ਜੀ, ਫਾਲਟ ਤਾਂ ਨਜ਼ਰ ਆਉਂਦਾ ਹੈ। ਬਿਲਕੁਲ, ਤੁਸੀਂ ਪਾਸ ਕਰਕੇ ਲੈ ਆਉਂਦੇ ਆ ਵਿਖਾਇਆ ਹੈ, ਅਗਰ ਇਹਦੇ 'ਚ ਵਾਧਾ ਘੱਟ ਹੋਵੇ ਤਾਂ 18-20 ਦਾ ਥਣ ਦਾ ਫਰਕ ਆ ਜਾਣਾ ਵਿੱਚ, ਵੇਖੋ ਜਾਨ ਹੀ ਨਹੀਂ ਇੱਕ। ਬਾਈ ਮੁਰਜ਼ਾ ਤੁਸੀਂ ਅੱਗੇ ਨਾ ਵੀਡੀਓ ਬੰਦ ਹੋ ਗਈ, ਬਹੁਤ ਨੂੰ ਵੀਡੀਓ ਲੱਗੀ ਮਾਸ਼ਾਅੱਲਾ ਜੀ। ਜੁਮੇ ਰਾਤ ਸੇਲ ਹੋ ਗਏ ਜਾਨਵਰ, 3 ਜਾਨਵਰ ਸੀ, 3 ਸੇਲ। ਬਾਬਾ ਜੀ ਚੁਆਈ ਖਿੱਚੀ ਆ, ਵੀਡੀਓ ਲੰਬੀ ਹੋਈ ਜਾਂਦੀ। ਗੱਲ ਕਰਨ ਦਾ ਮਸਲਾ ਇਹ ਹੈ ਵੀ ਉਸ ਤੋਂ ਪਿੱਛੇ 6-7 ਦਿਨਾਂ 'ਚ ਸੂਰਜ ਅਤੇ ਮੋਬਾਈਲ, ਜਦੋਂ ਵੀਡੀਓ ਲੰਬੀ ਹੋ ਜਾਵੇ ਨਾ ਉਦੋਂ ਫਿਰ ਇਹ ਹੀਟ ਅਪ ਹੋ ਜਾਂਦਾ, ਵੀਡੀਓ ਆਪੇ ਕੱਟ ਛੱਡਦਾ, ਸੇਵ ਕਰ ਛੱਡਦਾ। ਇਸ ਵਜ੍ਹਾ ਤੋਂ ਕਹਿੰਦਾ ਵੀਡੀਓ ਇੱਕ ਤਾਂ ਸ਼ਾਰਟ ਹੋਵੇ। ਸਾਜਦ ਬਾਈ ਇਹ ਵੀ ਖਾਣਾ ਵੀ ਲਾਜ਼ਮੀ ਹੁੰਦਾ, ਕਈ ਪਿਆਰੇ ਬਾਈ ਬਾਹਰ ਬੈਠੇ ਨੇ ਉੱਤੇ ਆ ਹੀ ਨਹੀਂ ਸਕਦੇ। ਉਹ ਸਾਲ ਅਸੀਂ ਪਤਾ ਹੀ ਕਰ ਲੈਂਦੇ ਲਾਈਵ ਵੀਡੀਓ ਜਦੋਂ ਵੇਖ ਲੈਂਦੇ ਨੇ ਜੀ ਆ ਵੇਖ ਲਓ। ਵਟਸਐਪ ਜਿਹੜਾ ਨਾ, ਵਟਸਐਪ 'ਤੇ ਅਸੀਂ ਵੀਡੀਓ ਬਣਾ ਲੈਂਦੇ ਹੁੰਦੇ, ਜਿਹੜੀ ਚੁਆਈ ਵਾਲੀ ਮੱਝ ਹੈ ਨਾ, ਫਿਰ ਜਿਹੜਾ ਦੋਸਤ ਲੈਣਾ ਚਾਹ ਰਿਹਾ ਹੁੰਦਾ ਉਹਨੂੰ ਸੈਂਡ ਕਰ ਚਲਿੰਦੀ ਕਿ ਆ ਵੇਖ ਲਓ, ਉਸੇ ਟਾਈਮ ਹੀ ਬਣਾ ਲੈਂਦੀ। ਅਤੇ ਤੁਸੀਂ ਲਾਈਵ ਚੁਆਈ ਕਰਾਉਂਦੇ ਪਿਓ ਜ਼ਬਰਦਸਤ ਮਾਸ਼ਾਅੱਲਾ। ਭਾਈ ਮੁਰਜ਼ਾ ਦੁੱਧ ਦਾ ਜਿਹੜਾ ਨਾ ਉਹ ਤੁਸੀਂ ਜਿਤਨਾ ਹੈ ਜਾਨਵਰ ਕੁਤਨਾ ਦੱਸਣਾ ਹੈ, ਕਿਲੋ ਅੱਧੇ ਦਾ ਵੱਧ ਵੀ ਜਾਂਦਾ, ਕਿਲੋ ਅੱਧਾ ਕਿਲੋ ਘੱਟ ਵੀ ਜਾਂਦਾ। 14 ਕਿਲੋਆਂ ਦੀ ਗਰੰਟੀ ਦਿੱਤੀ ਤੇ ਚਵਾਈ ਤੁਹਾਡੇ ਸਾਹਮਣੇ ਹੋ ਰਹੀ ਹੈ। ਵੇਖੋ ਬਜ਼ੁਰਗੋ ਜਿਹੜਾ ਹੁੰਦਾ ਨਾ ਕਿਲੋ ਅਕਸਰ ਵੱਧ ਵੀ ਜਾਂਦਾ, ਮੱਝਾਂ ਦੀ ਵੀਂਦੀਆਂ ਨਾ 12 ਦੇ ਸਿੰਦਾ ਜਾਂ 14 ਦੇ ਸਿੰਦੋਂ 15 ਵੀ ਹੋ ਜਾਂਦਾ, ਕਦੇ ਉਹ 14 ਤੋਂ 13 ਵੀ ਹੋ ਜਾਂਦਾ, ਉਹ ਐਡਾ ਇਸ਼ੂ ਨਹੀਂ। ਲੇਕਿਨ 2-3 ਕਿਲੋ ਵਾਲਾ ਗੈਪ ਹੈ ਬਾਈ ਜਾਨ, ਨਹੀਂ ਹੋਣਾ ਚਾਹੀਦਾ ਜ਼ਿੰਦਗੀ 'ਚ, ਨਹੀਂ ਹੋਣਾ ਸਾਜਦ ਬਾਈ। ਜਿਹੜੇ ਦੇ ਹੋਵੇ ਆਪਾਂ ਜਦੋਂ ਗਲਤ ਕੰਮ ਕਰਨਾ ਉਦੋਂ ਕੰਮ ਹੀ ਛੱਡ ਦਿਓ। ਕੰਮ ਤਾਂ ਸਾਰਾ ਹੋਇਆ ਆਨਲਾਈਨ ਇਤਮਾਦ ਦਾ, ਇਤਮਾਦ ਦਾ ਬੇਈਮਾਨੀ ਵਾਲਾ ਕੰਮ ਹੀ ਕੋਈ ਨਹੀਂ, ਤੇ ਜਿਹੜੇ ਕਰਦੇ ਨੇ ਉਹ ਚੱਲਦੇ ਵੀ ਨਹੀਂ। 1-2-4 ਵੀਡੀਓ 2 ਮੱਝਾਂ ਕਿਸੇ ਨੂੰ ਦੇ ਸਕਦੇ ਨੇ ਜ਼ਿਆਦਾ ਕਾਰੋਬਾਰ। ਬਿਲਕੁਲ ਬਾਜ਼ਾਰ ਹੈ, ਕਿਸੇ ਇੱਕ ਨਾਲ ਦੁੱਖ ਆਉਣਾ ਤੇ ਉਹਨੇ ਹਰ ਬੰਦੇ ਨੂੰ ਆਸ ਪਾਸ ਯਾਰ ਬੇਲੀ ਨੂੰ ਦੱਸਣਾ। 15 ਕਿਲੋ ਵਾਲਾ ਦੇਚਕਾ ਰੱਖਿਆ ਹੋਇਆ ਆਪਾਂ, ਬਾਲਟੀ ਕਿਤਨੇ ਵਾਲਾ ਨਹੀਂ, ਬਾਲਟੀਆਂ ਚੁਆਈ ਕੀਤੀ ਕਰੋ, ਕਿਤਨੇ ਕੋਈ 12-13 ਕਿਲੋ ਵਾਲਾ। ਜਿਹੜੇ ਬੰਦੇ ਸਮਝਦੇ ਨਾ ਇਹਨੂੰ, ਉਹਨਾਂ ਨੂੰ ਬੜਾ ਪਤਾ, ਤੇ ਜਿਹੜੇ ਵਪਾਰੀਆਂ ਵਾਲੀ ਉਹ ਸੌੜੀ ਬੋਂਡ ਵਾਲੀ ਬਾਲਟੀ ਰੱਖਣੀ ਉਹ ਵੀ ਗੱਲ ਕਾਇ ਨਹੀਂ, ਬੜੇ ਸਿਆਣੇ ਨੇ ਆਪਣੇ ਨਾਲ, ਉਹ ਸਿਆਣੇ ਨੇ। ਇਹ ਕਿਤਨੇ ਕਿਲੋ ਵਾਲਾ ਹੈ? ਇਹ ਜੀ ਠੰਡੇ ਦੁੱਧ ਦਿੰਦੇ 12 ਕਿਲੋ ਪਾਉਂਦਾ, ਠੰਡਾ 12 ਕਿਲੋ ਵਾਲਾ। ਬੱਚੇ ਨੂੰ ਤੁਸੀਂ ਛੱਡਣਾ ਜਨਾਬ, ਬੱਚੇ ਨੂੰ ਵੀਡੀਓ ਦੇ ਚੱਕਰਾਂ ਬੱਚੇ ਦਾ ਮਿਸ ਨਹੀਂ ਕਰਨਾ। ਬੱਚੇ ਨੂੰ ਦੁੱਧ ਬੜਾ ਹੈ, 2-2.5 ਕਿਲੋ ਜੋਤੀ ਦੀ ਅਗਾੜੀ ਹੈ ਮਾਸ਼ਾਅੱਲਾ। ਤੁਸੀਂ ਚੁਆਈ ਕਰੋ ਤੇ ਮੈਂ ਹੁਣ ਗੁੱਡ ਬਾਏ ਕਰਾਂ ਫਿਰ, ਦੁੱਧ ਹੁਣ ਸਾਹਮਣੇ ਆ ਗਿਆ। ਦੋਸਤਾਂ ਦੇ ਸਾਹਮਣੇ ਚੁਆਈ ਹੈ, ਰਾਬਤਾ ਨੰਬਰ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਤੇ ਚੱਲਦਾ ਪਿਆ, ਬਾਈ ਗੁਲਾਮ ਮੁਰਤਜ਼ਾ ਦਾ ਵੀ, ਮੇਰਾ ਵੀ। ਮੇਨ ਵਿਖਾਵਣੀ ਚੀਜ਼ ਆ ਇਹ, ਵੇਖੋ ਨਾ ਸਾਜਾ ਚੁਆਪ ਸਮਕਲੀ ਯਾਰੇ। ਬਾਕੀ ਦੋਸਤੋ ਲੋਕੇਸ਼ਨ ਜਿਹੜੀ ਹੈ, ਬਾਈ ਗੁਲਾਮ ਮੁਰਜ਼ਾ 407 ਗਾਬੇ ਬਖਤਾਵਰ ਦੀ ਜੋਕ ਨਜ਼ਦ ਚਿਨਾਰ ਸ਼ੂਗਰ ਮਿਲ ਤਹਿਸੀਲ ਤਾਂਦਲਿਆਂ ਵਾਲਾ ਜ਼ਿਲ੍ਹਾ ਫੈਸਲਾਬਾਦ, ਇਹ ਲੋਕੇਸ਼ਨ ਹੈ। ਹਫਤਾਵਾਰ ਵੀਡੀਓ ਦਾ ਸਿਲਸਿਲਾ ਹੈ ਅਤੇ ਇੱਥੇ ਤਕਰੀਬਨ ਹਫ਼ਤੇ 'ਚ ਸਾਡੀਆਂ ਹੀ 2-3 ਵੀਡੀਓ ਨੇ, ਬਾਕੀ ਮੁਖਤਲਿਫ ਚੈਨਲਸ ਵੀ ਵੀਡੀਓ ਲਗਾ ਰਹੇ ਨੇ। ਤਹਿਸੀਲ ਦੋਸਤੋ ਤਾਂਦਲਿਆਂ ਵਾਲਾ ਹੈ, ਤਹਿਸੀਲ ਸਮੁੰਦਰੀ ਵੀ ਨਜ਼ਦੀਕ ਹੈ। M3 ਮੋਟਰਵੇਅ ਜਿਹੜਾ ਲਾਹੌਰ ਟੂ ਕਰਾਚੀ ਮੋਟਰਵੇਅ, ਉਹਦਾ ਇੰਟਰਚੇਂਜ ਸਮੁੰਦਰੀ ਤਾਂਦਲੇ ਵਾਲਾ ਇੰਟਰਚੇਂਜ, ਉਸ 'ਤੇ ਉਤਰ ਕੇ ਤਕਰੀਬਨ 14-15 ਕਿਲੋਮੀਟਰ ਦੀ ਮੁਸਾਫਤ 'ਤੇ 407 ਗਾਬੇ ਬਖਤਾਵਰ ਦੀ ਜੋਕ ਪਿੰਡ ਹੈ। ਠੀਕ ਹੈ ਦੋਸਤੋ, ਪਸੰਦ ਕਰਕੇ ਖਰੀਦ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓ 'ਚ, ਇਜਾਜ਼ਤ ਦਿਓ, ਅੱਲਾ ਹਾਫਿਜ਼।